ਨਮਸਕਾਰ, ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼। ਬੀਤੀ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾ ਹਨੀ ਦੇ ਵਿੱਚ ਵਿਖੇ ਸ਼ਿਵ ਠਾਕ ਨੇ ਖਾਲਿਸਤਾਨ ਅਤੇ ਪਾਕਿਸਤਾਨ ਦਾ ਪੁਤਲਾ ਫੂਕ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ ਵਿੱਚ ਸੈਂਕੜੇ ਸ਼ਿਵ ਸੈਨਾ ਨੇ ਖਾਲਿਸਤਾਨ ਵਿਰੋਧੀ ਨਾਅਰੇ ਗਾਏ। ਇਸ ਮੌਕੇ ਆਪਣੇ ਕਿਰਾਰ ਤੇ ਨਿਸ਼ਾਨਾ ਸਾਧਦੇ ਕਿਹਾ ਕਿ ਪੰਜਾਬ ਸਰਕਾਰ ਨੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਕੇ ਜਾਣ ਬੁੱਝ ਕੇ ਉਹਨਾਂ ਦੀ ਜਾਨ ਖਤਰੇ ਵਿੱਚ ਪਾਈ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਿਵ ਸੈਨਿਕ ਸਦਾ ਕੁਰਬਾਨੀਆਂ ਦਿੰਦੇ ਆਏ ਤੇ ਭਵਿੱਖ ਵਿੱਚ ਵੀ ਤਿਆਰ ਰਹਿਣਗੇ। ਉਹਨਾਂ ਕਿਹਾ ਕਿ ਸ਼ਿਵ ਸੈਨਿਕ ਇੱਦਾਂ ਦੇ ਹਮਲਿਆਂ ਤੋਂ ਡਰਨ ਵਾਲੇ ਨਹੀਂ। ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੂਰੇਵਾਲ ਤੇ ਰਿੰਕਾਜਾ ਦੀ ਖਾਸ ਰਿਪੋਰਟ, ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼। ਕਿਉਂਕਿ ਕਾਫੀ ਚਿਰ ਤੋਂ ਉੱਪਰੋਂ ਅਸੀਂ ਸਾਰੇ ਲੋਕ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਜੀ ਨੂੰ ਕਹਿੰਦੇ ਰਹੇ ਹਾਂ ਕਿ ਸਾਡੇ ਲੋਕਾਂ ਜਿਹੜੀ ਸਪੋਰਟ ਹੀ ਚੁੱਕੀ ਆ ਉਹ ਕਿਉਂ ਚੁੱਕੀ ਗਈ ਆ, ਕਿਉਂਕਿ ਅਸੀਂ ਲੋਕ ਹਮੇਸ਼ਾ ਹੀ ਖਾਲਿਸਤਾਨ ਅਤੇ ਪਾਕਿਸਤਾਨ ਦੇ ਖਿਲਾਫ਼ ਬੋਲਦੇ ਰਹੇ ਹਾਂ, ਪਰ ਜਿਹੜੇ ਪੰਜਾਬ ਦੇ ਡੀ ਜੀ ਪੀ ਆ ਲੱਗਦਾ ਕਿ ਇਹਨਾਂ ਨੇ ਸਾਡੇ ਲੋਕਾਂ ਦੀ ਸਪਾਰੀ ਲਈ ਆ, ਹਿੰਦੂ ਲੀਡਰਾਂ ਦੀ ਸਪਾਰੀ ਲਈ ਆ, ਕਿਉਂਕਿ ਜਦੋਂ ਵੀ ਕੋਈ ਕੰਮ ਹੁੰਦਾ ਵਾ ਤਾਂ ਇਹ ਸਾਡੇ ਲੋਕਾਂ ਦੀ ਸਪੋਰਟ ਹੀ ਚੁੱਕ ਲੈਂਦੇ ਆ, ਕਿਉਂਕਿ ਅਸੀਂ ਲੋਕ ਸਰਕਾਰ ਦੇ ਖਿਲਾਫ਼ ਬੋਲਣਾ, ਜੇ ਸਰਕਾਰ ਦੇ ਖਿਲਾਫ਼ ਨਹੀਂ ਬੋਲਾਂਗੇ ਤਾਂ ਅਸੀਂ ਲੋਕਾਂ 'ਚ ਕਿੱਦਾਂ ਜਾਓ, ਕਿਉਂਕਿ ਇਹ ਸਰਕਾਰ ਜਿਹੜੇ ਕੰਮ ਸਹੀ ਨਹੀਂ ਕਰਦਾ ਤਾਂ ਖਿਲਾਫ਼ ਤਾਂ ਆਪਾਂ ਬੋਲਣਾ ਹੀ ਆ, ਅਤੇ ਡੀ ਜੀ ਪੀ ਸਾਹਿਬ ਸਾਡਾ ਦਬਾਅ ਬਣਾ ਲਈ ਕਿ ਸਰਕਾਰ ਦੇ ਖਿਲਾਫ਼ ਨਾ ਬੋਲੋ, ਪੁਲਿਸ ਦੇ ਖਿਲਾਫ਼ ਨਾ ਬੋਲੋ, ਇਸ ਕਰਕੇ ਸਾਡੀ ਸਪੋਰਟ ਹੀ ਜਿਹੜੀ ਵਿਦਡਰਾ ਕਰ ਲੈਂਦੇ ਆ, ਅਸੀਂ ਜਿਹੜੇ ਅੱਤਵਾਦੀ ਦੇ ਨਿਸ਼ਾਨੇ ਦੇ ਉੱਪਰ ਹਾਂ, ਪਰ ਇਹਨਾਂ ਨੂੰ ਸਾਡੇ ਲੋਕਾਂ ਦੀ ਸਪਾਰੀ ਆਪਣੇ ਪਰਵਾਹ ਨਹੀਂ ਆ, ਕਿਉਂਕਿ ਲੱਗਦਾ ਕਿ ਇਹਨਾਂ ਡੀ ਜੀ ਪੀ ਸਾਹਿਬ ਨੇ ਜਾਂ ਤਾਂ ਸਾਡੇ ਲੋਕਾਂ ਦੀ ਸਪਾਰੀ ਲੈ ਲਈ ਪਾਕਿਸਤਾਨ ਦੇ ਕੋਲੋਂ, ਖਾਲਿਸਤਾਨ ਦੀ ਅੱਤਵਾਦੀਆਂ ਕੋਲੋਂ, ਕਿ ਦੱਸਣ ਸਾਡਾ ਕੀ ਕਸੂਰ ਆ, ਅਸੀਂ ਬੋਲਣਾ ਬੰਦ ਕਰ ਦਈਏ ਜੇ ਇਹਨਾਂ ਨੂੰ ਸਾਡੀ, ਕਿਉਂਕਿ ਅਸੀਂ ਆਪਣਾ ਧਰਮ ਦੇ ਪੱਕੇ ਹਾਂ, ਅਸੀਂ ਅੱਤਵਾਦ ਦੇ ਖਿਲਾਫ਼ ਜਾਂ ਪਾਕਿਸਤਾਨ ਦੇ ਖਿਲਾਫ਼ ਬੋਲਣਾ ਬੰਦ ਨਹੀਂ ਕਰ ਸਕਦੇ, ਅਤੇ ਜੇ ਇਹਨਾਂ ਨੂੰ ਸਾਡੀਆਂ ਨੀਤੀਆਂ ਨਹੀਂ ਪਸੰਦ ਤਾਂ ਬਿਲਕੁਲ ਇਹ ਸਾਡੇ ਕੋਲੋਂ ਅਸੀਂ ਆਪਣਾ ਹਸਤਾਖਰ ਅਭਿਆਨ ਜਿਹੜਾ ਆਪਣੇ ਬੰਦੇ ਨੂੰ ਦਿਆ ਸ਼ਿਵ ਸੈਨਿਕਾਂ ਦਾ ਖੂਨ ਨਾਲ ਜਿਹੜਾ ਭਰਿਆ ਲੈਟਰ ਜਿਹੜਾ ਡੀ ਜੀ ਪੀ ਸਾਹਿਬ ਨੂੰ ਭੇਜਾਂਗੇ, ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜਾਂਗੇ, ਕੇਂਦਰ ਸਰਕਾਰ ਨੂੰ ਭੇਜਾਂਗੇ, ਤਾਂ ਜੋ ਇਹਨਾਂ ਵਿੱਚ ਖੂਨ ਚਾਹੀਦਾ ਸਾਡੇ ਇੱਕ ਇੱਕ ਲੀਡਰ ਨੂੰ ਇਕੱਲੇ ਇਕੱਲੇ ਮਾਰਨਾ, ਤਾਂ ਅਸੀਂ ਸਾਰੇ ਜਿਹੜੇ ਇਕੱਠੇ ਹੋ ਗਏ ਜਿਹੜੀ ਆਪਣੀ ਕੁਰਬਾਨੀ ਦੇਣ ਦੇ ਤਿਆਰ ਬੈਠੇ ਹਾਂ। ਅੱਜ ਜਿਹੜਾ ਰੋਸ ਪਰ ਆਪਣੇ ਅੱਜ ਇੱਥੋਂ ਤੁਹਾਡੇ ਮਾਧਿਅਮ ਰਾਹੀਂ ਕੱਲ੍ਹ ਬਟਾਲਾ ਬੰਦ ਹੀ ਕਾਲ ਦੇਣੀ ਹੈ, ਪਰ ਸਰਕਾਰ ਨੇ ਐਸ ਐਸ ਪੀ ਸਾਹਿਬ ਨੇ ਮਤਲਬ ਕਿਹਾ ਬਹੁਤ ਜ਼ਿਆਦਾ ਦਬਾਅ ਬਣਾਇਆ ਕਿ ਨਹੀਂ ਤੁਸੀਂ ਬੰਦ ਹੀ ਕਾਲ ਨਹੀਂ ਦੇਣੀ, ਕਿਉਂਕਿ ਇਹਦਾ ਸਾਡੇ ਕੋਲ ਹੱਲ ਨਹੀਂ ਹੈ, ਜਾਂ ਧਰਨੇ ਭਰੋਸੇ ਕਰ ਲਈ ਜਾਂ ਬੰਦ ਹੀ ਕਾਲ ਦੇ ਦਈਏ, ਸਰਕਾਰ ਜਿਹੜੀ ਆ ਸਾਨੂੰ ਮਰਵਾਉਣ ਤੋਂ ਤੁਲੀ ਦੀ ਆ, ਪੰਜਾਬ ਦਾ ਹਿੰਦੂ ਜਿਹੜਾ ਬੇਵੱਸ ਬੈਠਾ, ਕਾਂਗਰਸ ਦੀ ਸਰਕਾਰ ਜਿਹੜੀ ਆ ਰੂਸਾਂ ਦੇ ਇਸ਼ਾਰਿਆਂ 'ਤੇ ਚੱਲਣ ਰਹੀ ਆ, ਤੁਸੀਂ ਇੱਕ ਚੀਜ਼ ਦੱਸੋ ਕਿ ਆ ਪੰਜਾਬ ਦੇ ਵਿੱਚ ਜਿੰਨੀ ਤਾਦਾਦ ਹੁਣ 2-3 ਸਾਲਾਂ ਵਿੱਚ ਮੁਸਲਮਾਨ ਆਏ ਆ ਉਹ ਕਿੱਥੋਂ ਆ ਗਏ ਆ, ਦੇਸ਼ ਦੇ ਜਿਹੜਾ ਬਾਰਡਰ ਦੇ ਉੱਪਰ ਬਟਾਲਾ ਜਿਹੜਾ ਵਾ ਬਾਰਡਰ ਦੇ ਏਰੀਏ ਦੇ ਉੱਪਰ ਆ, ਇੱਥੇ ਜਿੰਨੇ 30,000 ਤੋਂ ਵੱਧ ਜਿਹੜੇ ਮੁਸਲਮਾਨ ਆਏ ਉਹ ਕਿੱਥੋਂ ਆਏ ਆ, ਮੈਂ ਜਵਾਬ ਮੰਗਦਾ ਤੁਹਾਡੇ ਮਾਧਿਅਮ ਰਾਹੀਂ ਇਹਦਾ ਕੀ ਕਰਨਾ, ਇਹ ਮੂੰਹ ਮੰਗੇ ਰੇਟ ਤੁਹਾਡੇ ਦੁਕਾਨਦਾਰਾਂ ਨੂੰ ਦੇਣ ਡੇ ਆ,
ਲੱਖ ਲੱਖ ਰੁਪਈਆ, ਡੇਢ ਲੱਖ ਰੁਪਈਆ, ਉਹ ਕਿੱਥੋਂ ਆ ਰਹੇ ਲੱਖ ਰੁਪਏ ਮਹੀਨੇ ਦਾ? ਆਮ ਦੁਕਾਨਦਾਰ ਤਾਂ 20,000 ਰੁਪਏ ਮਹੀਨਾ ਵੀ ਨਹੀਂ ਕਮਾਉਂਦਿਆ। ਸਰਕਾਰ ਦੀ ਜਿਹੜੀ CID ਆ, ਖੁਫੀਆ ਵਿਭਾਗ ਆ, ਇਹ ਬਿਲਕੁਲ ਨਿਕੰਮੇ ਫੇਲ ਹੋ ਚੁੱਕੇ ਆ। ਇਹਨਾਂ ਨੂੰ ਸਰਕਾਰ ਨੂੰ ਕਹੀ ਚਾਹੀਦਾ ਕਿ ਇਹਨਾਂ ਨੂੰ ਬੰਦ ਕਰ ਦੇਵੇ, ਨਹੀਂ ਇਹਨਾਂ ਮੁਸਲਮਾਨਾਂ ਦੇ ਕਿਰਾਏ ਦੀ ਇਹ ਕੰਮ ਤਾਂ ਸਰਕਾਰ ਨੇ ਕਰਨਾ ਨਹੀਂ ਕਿ ਰੁਪਈਆ ਕਿੱਥੋਂ ਆ ਰਿਹਾ? ਆਈ ਆਪਣੇ ਪੀ ਹੁਣ ਸਰਕਾਰ ਰਿਪੀਟ ਰਹੀ ਆ ਕਿ ਇਹ PFI ਦਾ ਪੈਸਾ ਆ ਰਿਹਾ, ਕਿ ਦੱਸੋ ਇਹਨਾਂ ਲੋਕਾਂ ਨੂੰ ਆ ਰਿਹਾ, ਇਹਨਾਂ ਨੂੰ ਕਿੱਥੋਂ ਆ ਰਿਹਾ? ਮੈਂ ਤੁਹਾਨੂੰ ਹੁਣ ਫਿਰ ਪੁੱਛਣਾ ਵਾਰ ਵਾਰ, ਸਰਕਾਰ ਨੇ ਕੋਈ ਦੱਸਿਆ ਲੋਕ ਕਿੱਥੋਂ ਆਏ ਆ? ਕਿਸੇ ਕੋਈ ਕਾਗਜ਼ ਨਹੀਂ ਆ, ਇਹ ਸਭ ਭੈਜ ਫਰਜ਼ੀ ਲੋਕ ਨੇ, ਸਭ ਭਗੌੜੇ ਆ ਉੱਧਰੋਂ। ਇਹ ਸਰਕਾਰ ਜਿਹੜੀ ਆ ਸਾਡੇ ਲੋਕਾਂ ਨੂੰ, ਦੇਸ਼ ਨੂੰ ਇਹਨਾਂ ਨੇ ਲੱਗਦਾ ਪੰਜਾਬ ਦੀ ਸਪਾਰੀ ਲਲੀ ਆ ਰੂਸਾਂ ਦੇ ਕਹਿਣ ਦੇ ਉੱਪਰ। ਮੈਂ ਤੁਹਾਡੇ ਮਤਲਬ ਨੂੰ ਇਹ ਕਹਿਣਾ ਚਾਹੁੰਦਾ, ਇਹਦੀ ਰੂਸਾਂ ਦੀ ਕੈਪਟਨ ਦੇ ਸੰਬੰਧਾਂ ਦੀ ਜਾਂਚ ਕਰਾਈ ਜਾਵੇ ਕਿ ਕਿੱਥੋਂ ਆ ਰਿਹਾ ਇਹ ਮੁਸਲਮਾਨ ਸਾਰੇ। ਜਦ ਝੱਟ ਸਰਕਾਰ ਪੁਲਿਸ ਫੜਦੀ ਹੈ ਤਾਂ ਉਸੇ ਫੋਨ ਆ ਜਾਂਦਾ, ਕਿਉਂ ਆ ਜਾਂਦਾ ਜੀ? ਉਸੇ ਛੱਡ ਦਿੱਤੇ ਜਾਂਦੇ ਆ, ਕਿਉਂ ਇਨਕੁਆਇਰੀ ਨਹੀਂ ਹੋ ਰਹੀ? ਸਰਕਾਰ ਜਵਾਬ ਦਿਓ, ਕਿਉਂ ਨਹੀਂ ਇਨਕੁਆਇਰੀ ਹੋ ਰਹੀ? ਇਹ ਬਿਲਕੁਲ ਸੱਚੀ ਗੱਲ ਹੈ, ਸੱਚੀ ਗੱਲ ਹੈ, ਬਿਲਕੁਲ ਸੱਚੀ ਗੱਲ ਹੈ। ਕਿਉਂ ਇਹ ਲੋਕਾਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ